ਪਿਛਲੇ 5 ਦਿਨਾਂ ਤੋਂ ਬੈਠੇ ਕਿਸਾਨਾਂ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਕਣਕ ਦੇ ਢੇਰ ਲੱਗੇ ਹੋਏ ਨੇ ਪਰ ਫਿਰ ਵੀ ਖਰੀਦ ਏਜੰਸੀਆਂ ਵੱਲੋਂ ਕਣਕ ਦੀ ਖਰੀਦ ਨਹੀਂ ਕੀਤੀ ਜਾ ਰਹੀ ਅਤੇ ਨਾ ਹੀ ਕੋਈ ਖਰੀਦ ਏਜੰਸੀਆਂ ਦੇ ਕਰਮਚਾਰੀ ਮੰਡੀਆਂ ਵਿੱਚ ਪਹੁੰਚ ਰਹੇ ਨੇ। ਇਸ ਮੌਕੇ ਜਦੋਂ ਖਰੀਦ ਏਜੰਸੀਆਂ ਦੇ ਕਰਮਚਾਰੀਆਂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਕਣਕ ਦਾ ਮੁਆਇਸਚਰ 14 ਆਰ ਹੈ ਜਦੋਂ ਕਿ ਸਰਕਾਰ ਵੱਲੋਂ 12 ਮੁਆਇਸਚਰ ਵਾਲੀ ਕਣਕ ਖਰੀਦਣ ਦੇ ਹੁਕਮ ਹੋਏ ਨੇ। ਬਾਈ ਤੁਸੀਂ ਮੰਡੀਆਂ 'ਚ ਕਣਕ ਲੈ ਕੇ ਕਿੰਨੇ ਕੁ ਦਿਨ ਹੋ ਗਏ ਬੋਲੀ ਨਹੀਂ ਆਈ? ਸਾਨੂੰ 8 ਦਿਨ ਹੋ ਗਏ ਆਏ ਨੂੰ। ਅੱਛਾ ਜੀ, ਬੋਲੀ ਕਿੰਨੇ? ਅਸੀਂ ਬੋਲੀ ਆਈ ਸੀ ਕੱਲ ਆ ਕੇ ਕਿਸੇ ਸਾਰੀ ਮੰਡੀ 'ਚ ਇੱਕ ਢੇਰੀ ਵੀ ਨਹੀਂ ਲਾਈ। ਅਸੀਂ ਕਿਹਾ ਬਈ ਤੂੰ ਚੱਲ ਪੰਡਤ ਹੈ, ਮੈਂ ਵੀ ਪੰਡਤ ਹਾਂ, ਜਮ੍ਹਾਂ ਸੁੱਕੀ ਹੈ ਕਣਕ, ਵੀ ਇਹਦੀ ਬੋਲੀ ਲਾ ਦੇ। ਕਿ ਵਾਹ ਜੀ ਵਾਹ, ਇੰਨੀਆਂ ਬੋਲੀਆਂ ਨਹੀਂ ਅਸੀਂ ਲਾਉਣੀ, ਅਤੇ ਇਸ ਨੂੰ ਸੋਮਵਾਰ ਵਾਲੇ ਦਿਨ ਲਾਵਾਂਗੇ, ਉਸ ਤੋਂ ਪਹਿਲਾਂ ਲਾਉਂਦੀ ਨੇ। ਮੋਸਚਰ ਕਿੰਨੇ ਮੰਗ ਰਹੇ? ਮੋਸਚਰ 12 ਮੰਗਦੇ ਨੇ। ਅੱਛਾ ਜੀ, ਮੈਂ ਕਿਹਾ ਵੀ ਢੋਲ 'ਚੋਂ ਕਣਕ ਲਿਆਉਂਦਾ ਮੈਂ ਪਿੰਡ ਤੋਂ, ਸਾਲ ਭਰ ਦੀ ਕਣਕ ਹੈ, ਵੀ ਉਹਦਾ 12 ਮੋਸਚਰ ਲਿਆ ਦੀ ਜਾਂ ਮੁਕਤ ਛੋੜ ਕੇ ਜਾਵਾਂਗੇ। ਸਰਕਾਰ ਨੂੰ ਅਸੀਂ ਜਿਉਂ ਕਹਿੰਦੇ ਚਾਹੁੰਦੇ ਹਾਂ ਵੀ ਸਾਡੀ ਬੋਲੀ ਅੱਜ ਲੱਗਣੀ ਚਾਹੀਦੀ ਹੈ, ਵੀ ਇਹ ਬੋਲੀ ਕੋਈ ਨਹੀਂ ਸੁਣਦਾ, ਨਾ ਸਰਕਾਰ ਸੁਣੇ, ਨਾ ਇੰਸਪੈਕਟਰ ਸੁਣੇ, ਨਾ ਲਾਲੇ ਸੁਣੇ। ਮੋਇਸਚਰ ਜੀ 14 ਤੋਂ ਲੈ ਕੇ ਲਗਭਗ 22-23 ਤੱਕ ਆਇਆ ਹੁਣ ਤੱਕ ਜਿਹੜੀਆਂ ਦੇਖੀਆਂ ਢੇਰੀਆਂ, ਅਤੇ ਸਰਕਾਰ ਦੀਆਂ ਹਦਾਇਤਾਂ ਅਨੁਸਾਰ 12 ਮੋਇਸਚਰ ਲੈਣਾ। ਅਤੇ ਦੇਖਿਆ ਜੀ ਮੰਡੀ ਕਾਫੀ ਭਰ ਗਈ, ਕਾਰਨ ਤਾਂ ਜੀ ਹੁਣ ਮੌਸਮ ਕਰਕੇ ਮੋਇਸਚਰ ਜ਼ਿਆਦਾ ਆ ਰਿਹਾ, ਜਿਵੇਂ ਜਿਵੇਂ ਆਈ ਜਾਂਦਾ ਲਈ ਜਾਂਦੇ ਹਾਂ, ਕੱਲ੍ਹ ਆਈ ਆ 100-200 ਕੁਇੰਟਲ ਸਰਕਾਰ ਦੀ ਹਦਾਇਤ 12 ਤੱਕ। 12